ਸਭ ਤੋਂ ਮਾੜੀ ਗੱਲ ਵੀ ਉਹ ਗੁਰਦੁਆਰਿਆਂ ਵਿੱਚ ਵੀ ਉਹਨਾਂ ਦੀ ਗੱਲ ਸਾਹਮਣੇ ਆਈ ਹੈ ਕਿ ਅਸੀਂ ਗੁਰਦੁਆਰਿਆਂ 'ਚ ਵੀ ਆਪਣਾ ਜਿਹੜਾ ਦਖਲ ਦਿਆਂਗੇ। ਇਹ ਹਰਸਿਮਰਤ ਨੂੰ ਇਸ ਗੱਲ 'ਤੇ ਸਟੈਂਡ ਲੈਣਾ ਚਾਹੀਦਾ, ਨਹੀਂ ਤਾਂ ਉਹਨੂੰ ਅਸਤੀਫਾ ਦੇ ਕੇ ਕੈਬਨਿਟ 'ਚ ਬਾਹਰ ਆ ਜਾਣਾ। ਮੈਂ ਅਸਤੀਫਾ ਦੇ ਕੇ ਕੈਬਨਿਟ 'ਚ ਬਾਹਰ ਆ ਜਾਣਾ। ਗੁਰਦੁਆਰਿਆਂ ਵਿੱਚ ਭਾਜਪਾ ਵੱਲੋਂ ਹੋ ਰਹੀ ਦਖਲ ਅੰਦਾਜ਼ੀ 'ਤੇ ਹਰਸਿਮਰਤ ਕੌਰ ਬਾਦਲ ਨੂੰ ਸਟੈਂਡ ਲੈਣਾ ਚਾਹੀਦਾ ਹੈ, ਨਹੀਂ ਤਾਂ ਅਸਤੀਫਾ ਦੇ ਕੇ ਕੈਬਨਿਟ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ। ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ। ਬਾਜਵਾ ਨੇ ਭਾਜਪਾ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਮਾਮਲਿਆਂ ਵਿੱਚ ਕੀਤੀ ਜਾ ਰਹੀ ਦਖਲ ਅੰਦਾਜ਼ੀ ਬਾਰੇ ਬੋਲਦੇ ਹੋਏ ਮਨਜਿੰਦਰ ਸਿੰਘ ਸਿਰਸਾ ਦੀ ਪਿੱਠ ਥਾਪੜੀ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਸਿਰਸਾ ਵੱਲੋਂ ਜੋ ਸਟੈਂਡ ਲਿਆ ਗਿਆ ਉਹ ਅਸਲ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਲਿਆ ਜਾਣਾ ਚਾਹੀਦਾ ਸੀ। ਇਲੈਕਸ਼ਨ ਕਮਿਸ਼ਨ ਹੈ, ਭਾਵੇਂ ਉਹ CBI ਹੈ, ਕੋਈ ਵੀ ਵਿੰਗ ਹੈ, ED ਹੈ, ਹਰ ਪਾਸੇ ਉਹ ਇਸ ਤਰ੍ਹਾਂ ਦਾ ਆਪਣਾ ਜ਼ੋਰ ਜਵਾਈ ਨਾਲ ਉੱਤੇ ਆਪਣਾ ਕਬਜ਼ਾ ਕਰਨ ਵਾਲੇ ਪਾਸੇ ਪਏ ਨੇ, ਆਪਣੀ ਸੋਚ ਵਾਲੇ ਬੰਦੇ ਵਟਾਉਣਾ ਚਾਹੁੰਦੇ ਨੇ। ਹੁਣ ਸਭ ਤੋਂ ਮਾੜੀ ਗੱਲ ਵੀ ਉਹ ਗੁਰਦੁਆਰਿਆਂ ਵਿੱਚ ਵੀ ਉਹਨਾਂ ਦੀ ਗੱਲ ਸਾਹਮਣੇ ਆਈ ਹੈ ਵੀ ਅਸੀਂ ਗੁਰਦੁਆਰਿਆਂ 'ਚ ਵੀ ਆਪਣਾ ਜਿਹੜਾ ਦਖਲ ਦਿਆਂਗੇ। ਸੋ ਬਹੁਤੀ ਚੰਗੀ ਗੱਲ ਨਹੀਂ। ਸਿਰਸੇ ਦਾ ਓਬਜੈਕਸ਼ਨ ਬਿਲਕੁਲ ਠੀਕ ਹੈ, ਪਰ ਇਹ ਓਬਜੈਕਸ਼ਨ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਰਾਹੀਂ ਮੂੰਹੋਂ ਆਉਣਾ ਚਾਹੀਦਾ ਸੀ, ਇਹ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਆਉਣਾ ਚਾਹੀਦਾ। ਇਹ ਹਰਸਿਮਰਤ ਨੂੰ ਇਸ ਗੱਲ 'ਤੇ ਸਟੈਂਡ ਲੈਣਾ ਚਾਹੀਦਾ, ਨਹੀਂ ਤਾਂ ਉਹਨੂੰ ਅਸਤੀਫਾ ਦੇ ਕੇ ਕੈਬਨਿਟ 'ਚ ਬਾਹਰ ਆ ਜਾਣਾ ਚਾਹੀਦਾ। ਮੈਂ ਇਹਦੇ ਆਖਿਆ ਵੀ ਇਹ ਗਲਤ ਗੱਲ ਹੈ, ਮੈਂ ਤਾਂ ਪਹਿਲਾਂ ਕਹਿ ਦਿੱਤਾ ਵੀ ਸਰਸੇ ਨੇ ਮਸਲਾ ਠੀਕ ਉੱਠ ਚੁੱਕਿਆ ਵਾ, ਇਹ ਗਲਤ ਹੈ ਜਿਹੜੀ ਉਹ ਕਰ ਰਹੇ ਨੇ, ਗਲਤ ਹੈ। ਪਰ ਇਹਦਾ ਗੁੱਸਾ ਸਭ ਤੋਂ ਪਹਿਲਾਂ ਜਿਹੜੇ ਭਾਈਵਾਲ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਸੁਖਬੀਰ ਸਿੰਘ ਬਾਦਲ ਜੀ, ਹਰਸਿਮਰਤ ਉਹਨਾਂ ਦੀ ਕੈਬਨਿਟ ਮਿਨਿਸਟਰ ਆ, ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ। ਸਾਡਾ ਸਟੈਂਡ ਤਾਂ ਬਿਲਕੁਲ ਕਲੀਅਰ ਆ ਵੀ ਗੁਰਦੁਆਰਿਆਂ 'ਚ RSS ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਇੱਕ ਅਕਾਲ ਤਖਤ ਦੇ ਜਥੇਦਾਰ ਵੱਲੋਂ ਵੀ ਕੋਈ ਸਟੈਂਡ ਹੋਣਾ ਚਾਹੀਦਾ, ਸਾਰੇ ਪਾਸੇ ਹੋਣਾ ਚਾਹੀਦਾ। ਸੋ ਇਹ ਗਲਤ ਸੋਚ ਆ, ਗਲਤ ਟ੍ਰੈਂਡ ਹੈ, ਇਹ ਬੜਾ ਖਤਰਨਾਕ ਸੋਚ ਹੈ, ਖਤਰਨਾਕ ਗੱਲ ਪਾਸੇ ਗੱਲ ਜਾ ਰਹੀ ਹੈ। RSS ਅਤੇ BJP ਨੂੰ ਇਸ ਗੱਲ ਤੋਂ ਪਰੇ ਰਹਿਣਾ ਚਾਹੀਦਾ। ਦੱਸ ਦਈਏ ਕਿ ਗੁਰਦੁਆਰਿਆਂ ਦੇ ਮਾਮਲਿਆਂ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਨਾਲ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਭਾਜਪਾ ਖਿਲਾਫ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ, ਪਰ ਅਜੇ ਤੱਕ ਬਾਦਲ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਗਈ। ਖੈਰ, ਖੁਦ ਨੂੰ ਪੰਥਕ ਕਹਾਉਣ ਵਾਲੇ ਬਾਦਲ ਪਰਿਵਾਰ ਦੀ ਇਸ ਚੁੱਪ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਹੁਣ ਦੇਖਣਾ ਇਹ ਹੈ ਕਿ ਬਾਦਲ ਪਰਿਵਾਰ ਕਦੋਂ ਆਪਣੀ ਚੁੱਪ ਤੋੜਦਾ ਹੈ ਅਤੇ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV।